ਤੁਸੀਂ ਗੱਲ ਕਹੀ ਸੀ ਵੀ ਜਿਹੜੇ ਸਾਡੇ ਮੰਤਰੀਆਂ ਦੇ ਹਲਕਿਆਂ ਜੋ ਪਰਫਾਰਮ ਨਹੀਂ ਕਰਨਗੇ ਉਹਨਾਂ ਨੂੰ ਅਸੀਂ ਡ੍ਰੌਪ ਕਰਾਂਗੇ ਜਾਂ ਉਹਨਾਂ ਦੇ ਚੇਂਜ ਕਰਾਂਗੇ। ਐਵਰੀ ਕੰਟਰੀ ਵਿਚ ਇਜ ਇਲੈਕਟ੍ਰੋਨਿਕਲੀ ਐਡਵਾਂਸਡ, ਜਪਾਨ, ਯੂਨਾਈਟਿਡ ਸਟੇਟਸ, ਬ੍ਰਿਟੇਨ, ਸਵੀਡਨ, ਜਰਮਨੀ, ਵਾਈ ਆਰ ਦੇ ਨਾਟ ਯੂਜ਼ਿੰਗ ਇਲੈਕਟ੍ਰੋਨਿਕ ਮਸ਼ੀਨਸ? ਉਹ ਕਿਵੇਂ ਕਰਦੇ? ਵਾਈ ਆਰ ਦੇ ਆਲ ਗੋਇੰਗ ਫੋਰ ਦਾ ਠੱਪਾ ਸਿਸਟਮ? ਐਂਡ ਜਿਸ ਬਾਦਲ ਦਾ ਕਹਿਣਾ ਕਿ ਬੇਅਦਬੀ ਦਾ ਕੋਈ ਅਸਰ ਨਹੀਂ ਸੀ, ਅੱਜ ਤਾਈਂ ਲੋਕ ਨਹੀਂ ਭੁੱਲੇ ਜਿਹੜੇ ਘੱਲੂਕਾਰੇ ਹੋਏ ਨੇ, ਤਾਂ ਤੁਹਾਡਾ ਖਿਆਲ ਹੁਣ ਜਿਹੜੇ 50 ਸਾਲ ਪਹਿਲਾਂ ਬੇਅਦਬੀ ਹੋਈ ਉਹ ਲੋਕ ਭੁੱਲ ਜਾਣਗੇ? ਬਠਿੰਡੇ 'ਚ ਬਿਆਨ ਦਿੱਤਾ ਸੀ ਇਹਨੇ, ਉਹੀ ਮੈਂ ਕਹਿ ਰਿਹਾ, ਆਈ ਥਿੰਕ ਇਟਸ ਕੋਸਟ ਅਸ ਬਠਿੰਡਾ। ਬੇਸ਼ੱਕ ਦੇਸ਼ ਭਰ ਵਿੱਚ ਕਾਂਗਰਸ ਨੂੰ ਨਿਰਾਸ਼ਤਾ ਝੱਲਣੀ ਪਈ ਹੈ, ਕਿਉਂਕਿ ਦੇਸ਼ ਭਰ ਦੇ ਜੇਕਰ ਲੋਕ ਸਭਾ ਨਤੀਜਿਆਂ ਦੀ ਗੱਲ ਕਰੀਏ ਤਾਂ ਕਾਂਗਰਸ ਕੁਝ ਜ਼ਿਆਦਾ ਨਹੀਂ ਕਰ ਪਾਈ ਅਤੇ ਬੀਜੇਪੀ ਸਰਕਾਰ ਬਣਾ ਚੁੱਕੀ ਹੈ। ਪਰ ਜੇਕਰ ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਦੇ ਲੋਕ ਸਭਾ ਹਲਕਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਨੇ ਕਾਂਗਰਸ ਦੀ ਜਿੱਤ ਜ਼ਰੂਰ ਬਚਾਈ ਹੈ। ਇਸੇ ਕਰਕੇ ਹੁਣ ਪੰਜਾਬ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦਾ ਧੰਨਵਾਦ ਕੀਤਾ ਗਿਆ। ਮੇਰੇ ਖਿਆਲ ਇੱਕ ਬੰਦਾ ਨਹੀਂ ਰਿਹਾ ਜਿਨ੍ਹਾਂ ਨੇ ਸਾਡੀ ਮਦਦ ਨਹੀਂ ਕੀਤੀ, ਔਰ ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਬਹੁਤ, ਔਰ ਸਭ ਤੋਂ ਵੱਧ ਚੜ੍ਹ ਕੇ ਪੰਜਾਬੀਆਂ ਦਾ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ ਹੈ ਔਰ ਇੰਨੀ ਸਾਨੂੰ ਅੱਛੀ ਜਿੱਤ ਪ੍ਰਾਪਤ ਕੀਤੀ ਹੈ ਇੱਥੇ ਪੰਜਾਬ ਦੇ ਵਿੱਚ। ਆਈ ਐਮ ਵੈਰੀ ਗ੍ਰੇਟਫੁਲ ਟੂ ਯੂ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਪੀਚ ਦੌਰਾਨ ਸੁਨੀਲ ਜਾਖੜ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਤੱਕ ਦੱਸ ਦਿੱਤਾ ਗਿਆ ਸੀ, ਪਰ ਸੁਨੀਲ ਜਾਖੜ ਤਾਂ ਗੁਰਦਾਸਪੁਰ ਵਿੱਚ ਲੋਕ ਸਭਾ ਚੋਣ ਹੀ ਨਹੀਂ ਜਿੱਤ ਪਾਏ। ਉਹਨਾਂ ਨੂੰ ਸਨੀ ਦਿਓਲ ਪਾਸੋਂ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਇਸੇ ਹਾਰ ਕਾਰਨ ਕੈਪਟਨ ਅਮਰਿੰਦਰ ਸਿੰਘ ਵੀ ਸੁਨੀਲ ਜਾਖੜ ਦੀ ਤਰਫੋਂ ਨਿਰਾਸ਼ ਦਿਖਾਈ ਦੇ ਰਹੇ ਨੇ ਅਤੇ ਉਹਨਾਂ ਨੇ ਇਸ ਹਾਰ ਦਾ ਅਫਸੋਸ ਮਨਾਇਆ। ਸੁਨੀਲ ਜੀ ਇਜ਼ ਅ ਵੈਰੀ ਫਾਈਨ ਕੈਂਡੀਡੇਟ, ਹੀ ਹੈਡ ਡਨ ਅ ਗ੍ਰੇਟ ਡੀਲ, ਐਵਰੀ ਵੀਕਐਂਡ ਹੀ ਇਜ਼ ਟੂ ਸਪੈਂਡ ਦੇਅਰ। ਜਿਹੜਾ ਕੁਛ ਉਹਨਾਂ ਨੇ ਕੰਮ ਗੁਰਦਾਸਪੁਰ ਵਾਸਤੇ ਕਰਾਇਆ ਹੈ, ਕਾਲਜਿਸ ਐਂਡ ਸਕੂਲਸ, ਮੈਡੀਕਲ ਕਾਲਜ ਐਕਸੈਕਟਰਾ, ਵੀ ਹੈਵ ਡਨ ਔਨ ਹਿਸ ਸੇਮ, ਐਂਡ ਮੈਨੂੰ ਅਫਸੋਸ ਹੈ ਕਿ ਉਹ ਦਿਸ ਇਜ਼ ਵਨ ਥਿੰਗ ਆਈ ਹੈਵ ਨੋਟ ਬੀਨ ਏਬਲ ਟੂ ਅੰਡਰਸਟੈਂਡ, ਇਜ਼ ਕੋਈ ਮੁੰਡਾ ਆਉਂਦਾ ਹੈ ਬਿਕੋਜ਼ ਇਜ਼ ਐਨ ਐਕਟਰ, ਪੀਪਲ ਗਿਵ ਹਿਮ ਪ੍ਰੈਫਰੈਂਸ ਰਾਦਰ ਦੈਨ ਐਕਸਪੀਰੀਅੰਸ, ਐਂਡ ਸਮਬਡੀ ਇਜ਼ ਹੂ ਇਜ਼ ਅ ਨੋਨ ਫਿਗਰ ਟੂ ਹੈਵ ਪਰਫੋਰਮਡ ਵੈਲ ਇਨ ਦਿਸ ਸਟੇਟ। ਸੋ ਦਿਸ ਇਜ਼ ਸਮਥਿੰਗ ਆਈ ਡੋਂਟ ਨੋ, ਮੇ ਬੀ ਐਸ ਦੀ ਡੈਮੋਕ੍ਰੇਸੀ ਗਰੋਜ਼ ਪੀਪਲ ਵਿਲ ਸਟਾਰਟ ਥਿੰਕਿੰਗ ਡਿਫਰੈਂਟਲੀ, ਪਰ ਇਹ ਅਨਫੋਰਚੂਨੇਟ ਗੱਲ ਹੈ। ਜਿੱਥੇ ਸੁਨੀਲ ਜਾਖੜ ਦੀ ਹਾਰ ਦਾ ਕੈਪਟਨ ਅਮਰਿੰਦਰ ਸਿੰਘ ਅਫਸੋਸ ਮਨਾ ਰਹੇ ਨੇ, ਉੱਥੇ ਹੀ ਕੈਪਟਨ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਤੇ ਵੱਡਾ ਦੋਸ਼ ਵੀ ਮੜ ਦਿੱਤਾ। ਜੀ ਹਾਂ, ਕੈਪਟਨ ਅਮਰਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਸਿੱਧੂ ਦੇ ਬਿਆਨ ਨੇ ਕਾਂਗਰਸ ਨੂੰ ਨੁਕਸਾਨ ਕੀਤਾ ਅਤੇ ਬਠਿੰਡਾ ਵਿੱਚ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਬਣਿਆ। I do think so. ਇਹ ਤਾਂ ਥੋੜ੍ਹਾ ਆ ਗਿਆ ਹੁਣ ਟੈਲੀਵਿਜ਼ਨ 'ਤੇ, ਤਾਂ ਮੈਂ ਸਵੇਰੇ ਬਿਆਨ ਦਿੱਤਾ ਸੀ, ਕਿਸੇ ਨੇ ਪੁੱਛਿਆ ਸੀ ਪਤਾ ਨਹੀਂ ਕਿਹੜੇ ਟੈਲੀਵਿਜ਼ਨ, ਬਟ ਆਈ ਟੈਲ ਯੂ, ਮੈਂ ਕਹਿਤਾ ਸੀਗਾ ਉਦੋਂ ਕਿ ਦਿਸ ਇਸ਼ੂ, ਆਈ ਸੈਂਟ ਅ ਮੈਸੇਜ ਦੈਟ ਵੈਰੀ ਡੇ ਟੂ ਸੇ ਦੈਟ ਦਿਸ ਮਿਸ ਕੋਸਟ ਅਸ ਸਮ ਸੀਟਸ, ਮੇ ਬੀ ਇਟ ਇਜ਼ ਕੋਸਟ ਅਸ ਬਠਿੰਡਾ, ਬਿਕੋਜ਼ ਬਠਿੰਡੇ 'ਚ ਬਿਆਨ ਦਿੱਤਾ ਸੀ ਇਹਨੇ, ਉਹੀ ਮੈਂ ਕਹਿ ਰਿਹਾ, ਆਈ ਥਿੰਕ ਇਟਸ ਕੋਸਟ ਅਸ ਬਠਿੰਡਾ। ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਪੀਚ ਦੌਰਾਨ ਇਹ ਵੀ ਕਿਹਾ ਸੀ ਕਿ ਜਿਹੜੇ ਮੰਤਰੀ ਆਪਣੇ ਹਲਕੇ ਵਿੱਚ ਚੰਗਾ ਪਰਫਾਰਮ ਨਹੀਂ ਕਰਨਗੇ ਉਹਨਾਂ ਨੂੰ ਅਹੁਦੇ ਤੋਂ ਬਰਖਾਸਤ ਤੱਕ ਕੀਤਾ ਜਾਵੇਗਾ। ਅਤੇ ਇਸੇ ਬਾਰੇ ਕੈਪਟਨ ਸਾਹਿਬ ਨੂੰ ਪੱਤਰਕਾਰ ਨੇ ਜਦੋਂ ਪੁੱਛਿਆ ਤਾਂ ਕੈਪਟਨ ਸਾਹਿਬ ਦਾ ਕੀ ਜਵਾਬ ਮਿਲਿਆ, ਤੁਸੀਂ ਖੁਦ ਸੁਣੋ। ਤੁਸੀਂ ਗੱਲ ਕਹੀ ਸੀ ਵੀ ਜਿਹੜੇ ਸਾਡੇ ਮੰਤਰੀਆਂ ਦੇ ਹਲਕਿਆਂ ਜੋ ਪਰਫਾਰਮ ਨਹੀਂ ਕਰਨਗੇ ਉਹਨਾਂ ਨੂੰ ਅਸੀਂ ਡ੍ਰੌਪ ਕਰਾਂਗੇ ਜਾਂ ਉਹਨਾਂ ਦੇ ਚੇਂਜ ਕਰਾਂਗੇ। ਹੁਣ 3-4 ਮੰਤਰੀ ਇਹੋ ਜਿਹੇ ਜਿੱਥੋਂ ਕਾਂਗਰਸ ਪਾਰਟੀ ਜਿੱਤ ਨਹੀਂ, ਮੇਰੇ ਕੋਲ ਆਂਕੜੇ ਨਹੀਂ ਆ, ਮੇਰੇ ਕੋਲ ਤਾਂ ਆਂਕੜੇ ਸਿਰਫ ਉਹ ਆਏ, ਬਠਿੰਡਾ ਹੈਗਾ, ਦੀਨਾਨਗਰ ਹੈਗਾ, ਇਹ ਦੋ ਹਲਕੇ ਤਾਂ ਹੈ ਜਿੱਥੋਂ ਕਾਂਗਰਸ। ਬਟ ਮੈਂ ਤੁਹਾਨੂੰ ਦੱਸਦਾ, ਦੈਟ ਵਾਸ ਨਾਟ ਅ ਰੀਅਲ ਥ੍ਰੈਟ ਨਹੀਂ ਸੀ, ਇਟ ਇਜ਼ ਅ ਫੈਕਟ ਦੈਟ ਜਿਹੜੇ ਬੰਦਿਆਂ ਨੇ ਪਰਫਾਰਮੈਂਸ ਨਹੀਂ ਕੀਤੀ ਦੇ ਹੈਵ ਟੂ ਬੀ। ਕੈਪਟਨ ਅਮਰਿੰਦਰ ਸਿੰਘ ਨੇ ਇੱਥੇ ਇਲਜ਼ਾਮ ਲਗਾਏ ਨੇ ਕਿ EVM ਦੇ ਵਿੱਚ ਜ਼ਰੂਰ ਘਪਲਾ ਹੋਇਆ ਹੋ ਸਕਦਾ ਹੈ। ਉਹਨਾਂ ਤਾਂ ਕਿਹਾ ਕਿ ਅਜੇ ਤੱਕ EVM ਤਾਂ ਉਹ ਮੁਲਕ ਨਹੀਂ ਵਰਤ ਰਹੇ
ਜਿਹੜੇ ਮੁਲਕ ਪਹਿਲਾਂ ਹੀ ਐਡਵਾਂਸ ਨੇ। ਉਹਨਾਂ ਕਿਹਾ ਕਿ EVM ਦੇ ਘਪਲੇ ਬਾਰੇ ਉਹ ਪਹਿਲਾਂ ਵੀ ਕਈ ਵਾਰ ਸਵਾਲ ਚੁੱਕ ਚੁੱਕੇ ਨੇ। ਵੈਲ ਮੈਂ ਤਾਂ ਇਹ ਸਵਾਲ ਚੱਕਿਆ ਸੀਗਾ ਜਦ EVM ਆਈਆਂ ਸੀ 20 ਸਾਲ ਪਹਿਲਾਂ। ਅਸੀਂ ਤਾਂ ਵੀ ਹੈਡ ਟੇਕਨ ਮਨੋਹਰ ਸਿੰਘ ਗਿੱਲ ਵਾਸ ਦੀ ਇਲੈਕਸ਼ਨ ਕਮਿਸ਼ਨਰ। ਵੀ ਹੈਡ ਟੇਕਨ ਫੈਬਰੀਕੇਟਡ ਗੈਜਟ ਵੋਟਿੰਗ ਮਸ਼ੀਨ ਟੂ ਇਜ਼ ਆਫਿਸ ਐਂਡ ਇਨ ਫਰੰਟ ਆਫ ਦੀ ਇੰਟਾਇਰ ਇਲੈਕਸ਼ਨ ਕਮਿਸ਼ਨ। ਅਸੀਂ ਉੱਥੇ ਉਹਨਾਂ ਨੂੰ ਕਿਹਾ ਇਲੈਕਸ਼ਨ ਕਮਿਸ਼ਨਰ ਨੂੰ ਕਿ ਆ ਦੱਬ ਦਿਓ ਜਿਹੜਾ ਦੱਬਣਾ ਤੁਸੀਂ ਐਂਡ ਦੇ ਵਟ ਐਵਰ ਦੇ ਪੁਸ਼ਟ ਇਨ ਦੇ ਪੁਸ਼ਟ ਇਨ ਐਂਡ ਉਸ ਤੋਂ ਅਸੀਂ 15 ਮਿੰਟ ਬਾਅਦ ਕਿਹਾ ਚੈੱਕ ਕਰ ਲਓ। 15 ਮਿੰਟ ਬਾਅਦ ਚੈੱਕ ਕੀਤਾ ਕੋਈ ਸੀਗਾ ਜੋ ਉਹਨਾਂ ਨੇ ਪਾਇਆ। ਵੀ ਸੈਡ ਵੇਟ ਇਨ ਅਦਰ 15 ਮਿੰਟਸ। 15 ਮਿੰਟਸ ਬਾਅਦ ਫਿਰ ਅਸੀਂ ਉਹਨਾਂ ਨੇ ਦਬਾਇਆ ਐਂਡ ਐਵਰੀਥਿੰਗ ਵੈਂਟ ਟੂ BJP। ਸੋ ਆਈ ਐਮ ਟ੍ਰਾਈਂਗ ਟੂ ਟੈਲ ਯੂ ਦੈਟ ਦੀਜ਼ ਆਰ ਥਿੰਗਸ ਦੈਟ ਹੈਵ ਹੈਪਨਡ ਐਂਡ ਹੈਵ ਬੀਨ ਸ਼ੋਨ। ਉਸ ਤੋਂ ਬਾਅਦ ਫਿਰ ਇਲੈਕਸ਼ਨ ਕਮਿਸ਼ਨ ਮਨੋਹਰ ਸਿੰਘ ਗਿੱਲ ਨੇ ਗੱਲ ਕਹੀ। ਵੀ ਹੈਵ ਮੇਡ ਚੈੱਕਸ ਐਂਡ ਬੈਲੈਂਸਿਸ ਐਂਡ ਚੈੱਕਸ ਐਂਡ ਬੈਲੈਂਸਿਸ। ਬਟ ਮੈਂ ਸਵਾਲ ਇੱਕ ਕਰਦਾ ਇਸ 'ਤੇ। ਐਵਰੀ ਕੰਟਰੀ ਵਿਚ ਇਜ਼ ਇਲੈਕਟ੍ਰੋਨਿਕਲੀ ਐਡਵਾਂਸਡ, ਜਪਾਨ, ਯੂਨਾਈਟਿਡ ਸਟੇਟਸ, ਬ੍ਰਿਟਨ, ਸਵੀਡਨ, ਜਰਮਨੀ, ਵਾਈ ਆਰ ਦੇ ਨੋਟ ਯੂਜ਼ਿੰਗ ਇਲੈਕਟ੍ਰੋਨਿਕ ਮਸ਼ੀਨਸ? ਉਹ ਕਿਉਂ ਨਹੀਂ ਕਰਦੇ? ਵਾਈ ਆਰ ਦੇ ਆਲ ਗੋਇੰਗ ਫੋਰ ਦਾ ਠੱਪਾ ਸਿਸਟਮ? ਬੇਅਦਬੀ ਮਾਮਲਿਆਂ ਬਾਰੇ ਨਵਜੋਤ ਸਿੰਘ ਸਿੱਧੂ ਦੇ ਚੱਲ ਰਹੇ ਲਗਾਤਾਰ ਬਿਆਨਾਂ ਦਾ ਜਵਾਬ ਵੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤਾ ਗਿਆ। ਕੈਪਟਨ ਸਾਹਿਬ ਨੇ ਕਿਹਾ ਕਿ ਹੁਣ ਤਾਂ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਨੇ ਕਿ ਉਹ ਮਿਲੇ ਹੋਏ ਨੇ, ਪਰ ਉਹਨਾਂ ਕਿਹਾ ਕਿ ਜਦੋਂ ਕੈਪਟਨ ਨੇ SIT ਦਾ ਗਠਨ ਕੀਤਾ ਸੀ ਤਾਂ ਉਸ ਵੇਲੇ ਨਵਜੋਤ ਸਿੰਘ ਸਿੱਧੂ ਹੀ ਉਹਨਾਂ ਦੇ ਕੋਲ ਆਏ ਸਨ ਅਤੇ ਉਹਨਾਂ ਨੇ ਕਿਹਾ ਸੀ ਕਿ ਚੰਗਾ ਕਦਮ ਹੈ। That I think Sidhu sahab doesn't understand this function. First there was a Zora Singh commission, it was a fact finding commission. Us to baad there was a Ranjit Singh which was a fact finding commission. It was not a commission for any other purpose. Once that fact proved to be right and it was endorsed, assembly ne is no endorse karta si Ranjit Singh commission di report mein. After that the legal procedure is that you go to the SIT. Because was, only yes. SIT is in a position to take this matter up as SIT a... SIT was set up by the Vidhan Sabha. It was a demand. I'll start again on that issue. It came to the Vidhan Sabha. Vidhan Sabha endorsed the Ranjit Singh Commission. And there and then the SIT was set up. And in fact, I don't know, tusi upar baithe hone in the up in the gallery, tusi dekhya si aake mere samne gode paar ho gaya si Sidhu. ਵਧਾਈ ਦੇਣ ਨੂੰ ਕਿ ਥੈਂਕ ਗੋਡ ਤੁਸੀਂ SIT ਬਣਾ ਦਿੱਤੀ ਹੈ। ਯਾਦ ਹੈ ਤੁਹਾਨੂੰ ਹੀ ਕੇਮ ਔਨ ਹਿਸ ਨੀਸ ਇਨ ਫਰੰਟ ਆਫ ਮੀ ਐਂਡ ਸੈਡ ਕਿ ਤੁਸੀਂ ਮੈਂ ਕਰ ਦੇ ਹਾਂਜੀ ਕਿਨੇ ਜੋੜੀਆਂ ਹੋਈ ਕਿ ਉਹ ਇਹ ਸੋ ਦ ਕੁਐਸਚਨ ਵਾਜ਼ ਦੈਟ SIT ਤਾਂ ਸਾਰਿਆਂ ਨੇ ਕੀਤੀ, ਇਹਨੇ ਵੀ ਇੰਡੋਰਸ ਕੀਤੀ। ਨਾਓ SIT ਇਜ਼ ਡੂਇੰਗ ਇਸ ਜੋਬ। ਆਈ ਕਾਂਟ ਟੈਲ SIT ਕਿ ਯੂ ਗੋ ਐਂਡ ਅਰੈਸਟ A or B or C, ਦੈਟਸ ਦੇਅਰ ਬਿਜ਼ਨਸ। ਐਂਡ ਜਿਹੜਾ ਕੁਛ ਉਹਨਾਂ ਨੂੰ ਲੱਭੂਗਾ SIT ਨੂੰ, ਦੇ ਵਿਲ ਟੇਕ ਇਟ ਟੂ ਦੀ ਕੋਰਟ। ਆਈ ਥਿੰਕ ਸੋ, ਮੈਂ ਤਾਂ ਤੁਹਾਨੂੰ ਦੋ ਵਾਰ ਕਹਿ ਚੁੱਕਿਆ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਣਾਈਆਂ ਗਈਆਂ। ਆਈ ਥਿੰਕ ਮੇ ਬੀ ਵਾਟ ਵੀ ਹੈਵ ਬੀਨ ਏਬਲ ਟੂ ਅਚੀਵ। ਦੇਖੋ ਦੇਰ ਹੈਜ਼ ਟੂ ਬੀ ਰੀਜ਼ਨ ਫੋਰ ਪੀਪਲ ਸਪੋਰਟਿੰਗ। Again, as I said, we have to introspect to see why we have done as well as we have done. I thought we would do because we have followed our manifesto very closely. We have given, we've taken on this issue of debt waiver. People have responded. Mainu aaj apne MP aur MLA daste ne pinda ja puchde se ki kinna nu karza maafi aur log hath chak ke apna dikhaunde se. So, that has certainly had an impact. Phir naukriyan 8.5 lakh ta naukriyan si de chuke hain in the last 2 years, which Akalis have not even done one half in 10 years. So this is one of the issues. And jehdiyan which are non monetary issues, oh ta assi pehle 6 mahine ch puriyan kartiyan si jo manifesto da sada kam si. So everything what we have done, we have promised, we have achieved, and I think that is playing a major role also. ਸਿਰਫ ਵਿਰੋਧੀ ਹੀ ਰੋਲਾ ਪਾ ਰਹੇ ਨੇ, ਤਾਂ ਇਸ ਸਵਾਲ ਦਾ ਜਵਾਬ ਮੁੱਖ ਮੰਤਰੀ ਨੇ ਕੀ ਦਿੱਤਾ ਤੁਹਾਨੂੰ ਸੁਣਾ ਦਿੰਦਿਆਂ। ਬਾਦਲ ਦਾ ਕਹਿਣਾ ਕਿ ਬੇਅਦਬੀ ਦਾ ਕੋਈ ਅਸਰ ਨਹੀਂ ਜੀ, ਅੱਜ ਤਾਈਂ ਲੋਕ ਨਹੀਂ ਭੁੱਲੇ ਜਿਹੜੇ ਘੱਲੂਕਾਰੇ ਹੋਏ ਨੇ, ਤਾਂ ਤੁਹਾਡਾ ਖਿਆਲ ਹੁਣ ਜਿਹੜੇ 4 ਸਾਲ ਪਹਿਲਾਂ ਬੇਦਮੀ ਹੋਏ ਉਹ ਲੋਕ ਭੁੱਲ ਜਾਣਗੇ?
they are totally barking up the wrong tree. This is certainly contribution. So ਜਿੱਥੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਦਾ ਧੰਨਵਾਦ ਕੀਤਾ ਗਿਆ ਉੱਥੇ ਹੀ ਸਿੱਧੂ ਤੇ ਤਕੜੇ ਨਿਸ਼ਾਨੇ ਵੀ ਸੱਦ ਗਏ ਨੇ ਤੇ ਨਾਲ ਹੀ EVM ਤੇ ਵੀ ਸਵਾਲ ਚੁੱਕੇ ਗਏ ਨੇ ਕੈਪਟਨ ਦੇ ਸਿੱਧੂ ਦੇ ਖਿਲਾਫ ਆ ਰਹੇ ਲਗਾਤਾਰ ਬਿਆਨ ਸਿੱਧੂ ਅਤੇ ਕੈਪਟਨ ਵਿਚਾਲੇ ਦੂਰੀਆਂ ਵਧਾਉਂਦੇ ਜਾ ਰਹੇ ਨੇ ਹੁਣ ਅਗਲਾ ਬਿਆਨ ਸਿੱਧੂ ਦਾ ਵੀ ਆ ਸਕਦਾ ਉਹ ਬਿਆਨ ਹੋਵੇਗਾ ਕਿ ਇਸ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਅਤੇ EVM ਦੇ ਮਾਮਲੇ ਦੇ ਵਿੱਚ ਕਾਂਗਰਸ ਕੀ ਕੋਈ ਫੈਸਲਾ ਲਵੇਗੀ ਜਾਂ ਫਿਰ ਮੋਦੀ ਨੂੰ ਹੀ ਜੇਤੂ ਦੱਸਿਆ ਜਾਂਦਾ ਹੈ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ